ਕਿਉਂਕਿ ਸੀਐਮ ਭਰੋਸਾ ਹੀ ਖੋ ਚੁੱਕਿਆ। ਜਿਹੜੇ ਕਹਿੰਦੇ 54,000 ਕਰੋੜ ਰੁਪਏ ਦੀ ਆਮਦਨ ਦੇਵਾਂ, ਆਵਾਜ਼ ਨਹੀਂ ਆਉਂਦੀ, ਜਵਾਬ ਨਹੀਂ ਦਿੰਦਾ। ਤੁਸੀਂ ਕਹਿੰਦੇ ਇਸ ਲੋਕਾਂ ਦੀ ਸਰਕਾਰ ਲੋਕਾਂ ਦੇ ਦੁਆਰ ਜਾਊ, ਕੰਪਿਊਟਰ ਦੇ ਉੱਤੇ ਥਾਂ ਕਰਦੇ ਨਕਸ਼ੇ ਮਿਲਣਗੇ। ਹੁਣ 2 ਸਾਲਾਂ ਬਾਅਦ ਜਦੋਂ ਲੋਕ ਸਭਾ ਆ ਗਈ, ਹੁਣ ਕਹਿੰਦੇ ਤੁਹਾਡੇ ਘਰੇ ਭੇਜੂ ਬੰਦਾ। ਉਹ ਘਰੇ ਭੇਜੇਗਾ ਕਿੱਥੋਂ? ਡੀਸੀ ਆਫਿਸ ਤਾਂ ਘਰੇ ਬੈਠਾ ਹੈ। ਉਹ ਤਾਂ ਕਹਿੰਦੇ ਸਾਡਾ ਪਲੈਨਿੰਗ ਕਮਿਸ਼ਨ ਦਾ ਉਹਦੇ ਮਾਸਟਰ ਘਰੇ ਬੈਠੇ ਆ, PRTC ਘਰੇ ਬੈਠੀ ਹੈ। ਜਿੱਦਣ ਪੰਜਾਬ ਦਾ 50-60,000 ਕਰੋੜ ਰੁਪਈਆ ਰੇਤੇ 'ਚੋਂ, ਸ਼ਰਾਬ 'ਚੋਂ, ਜ਼ਮੀਨਾਂ 'ਚੋਂ, ਟਰਾਂਸਪੋਰਟ 'ਚੋਂ ਪੰਜਾਬ ਦੇ ਖਜ਼ਾਨੇ 'ਚ ਡਿੱਗਣ ਲੱਗ ਗਿਆ, ਡਬਲ ਹੋ ਕੇ 1,20,000 ਕਰੋੜ ਰੁਪਈਆ ਪੰਜਾਬੀਆਂ 'ਤੇ ਖਰਚਿਆ ਨਹੀਂ ਜਾਣਾ, ਕਿਉਂਕਿ 50,000 ਕਰੋੜ ਖਾ ਜਾਂਦੇ ਆ, 60,000-70,000 ਖਾ ਜਾਂਦੇ ਆ ਅਤੇ ਸੂਬੇ ਨੂੰ ਕਰਜ਼ਿਆਂ 'ਤੇ ਚਲਾਉਂਦੇ ਆ। ਇਹ ਤਾਂ ਤੁਹਾਡਾ ਫਰਜ਼ ਆ ਦੱਸਣਾ ਮਿੱਤਰ ਪਿਆਰਿਆ। ਦੇਖ, ਇੱਕ ਵਰਕਰ ਨੂੰ ਇੰਨਾ ਮਾਣ ਬਖਸ਼ਿਆ, ਸਾਰੇ ਪੰਜਾਬ 'ਚ ਜਾਊਂ, ਲੋਕਾਂ ਨੂੰ ਗੁਰੂ ਦੇ ਫਲਸਫੇ ਨਾਲ ਜੋੜੂ। ਪਿਛਲੇ 5-6 ਮੁੱਖ ਮੰਤਰੀ ਜਿਹੜੇ ਆਏ ਬੇਮੁੱਖ ਹੋਏ ਗੁਰੂ ਤੋਂ, ਸਮਝ ਰਹੇ ਹਾਂ, ਆਪਣਾ ਧੰਦਾ ਕਰਦੇ ਰਹੇ, ਸਰਬੱਤ ਦੇ ਭਲੇ ਦੀ ਥਾਂ ਦੇ ਉੱਤੇ ਆਪਣੇ ਘਰ ਭਰਦੇ ਰਹੇ ਅਤੇ ਕਿੱਥੇ ਨਹੀਂ ਗਏ। ਅੱਜ ਰੋਲੇ ਪਏ ਆ, ਲੱਭਦਾ ਨਹੀਂ ਕੋਈ, ਇਹ ਵੀ ਨਹੀਂ ਲੱਭਣਾ। ਮੈਂ ਤਾਂ ਹਰੇਕ ਮੁੱਖ ਮੰਤਰੀ ਦੇ ਅੱਗੇ ਖੜ੍ਹਾ ਹੋਇਆ ਅਤੇ ਉਹਨੂੰ ਸਵਾਲ ਕੀਤੇ ਆ, ਉਹਦਾ ਕਾਰਨ ਇੱਕੋ ਹੀ ਹੈ ਵੀ ਮੈਂ ਮਹਾਰਾਜਾ ਰਣਜੀਤ ਸਿੰਘ ਦੇ ਉਸ ਗੁਰੂ ਦੇ ਫਲਸਫੇ ਨਾਲ ਜੁੜਿਆ ਹੋਇਆ ਜਿਹੜਾ ਸਰਬੱਤ ਦੇ ਭਲੇ ਦਾ ਨਾਂ ਹੈ। ਇਹਨਾਂ ਦੀ ਸੇਵਾ ਘੱਟ ਹੈ, 90% ਮੇਵਾ ਹੈ, 10% ਸੇਵਾ ਹੈ, ਸਮਝਦੇ ਹੋ, ਧੰਦਾ ਹੈ। ਜਿੱਦਣ ਪੰਜਾਬ ਦਾ 50-60,000 ਕਰੋੜ ਰੁਪਈਆ ਰੇਤੇ 'ਚੋਂ, ਸ਼ਰਾਬ 'ਚੋਂ, ਜ਼ਮੀਨਾਂ 'ਚੋਂ, ਟਰਾਂਸਪੋਰਟ 'ਚੋਂ ਪੰਜਾਬ ਦੇ ਖਜ਼ਾਨੇ 'ਚ ਡਿੱਗਣ ਲੱਗ ਗਿਆ, ਡਬਲ ਹੋ ਕੇ 1,20,000 ਕਰੋੜ ਰੁਪਈਆ ਪੰਜਾਬੀਆਂ 'ਤੇ ਖਰਚਿਆ ਨਹੀਂ ਜਾਣਾ, ਕਿਉਂਕਿ 50,000 ਕਰੋੜ ਖਾ ਜਾਂਦੇ ਆ, 60,000-70,000 ਖਾ ਜਾਂਦੇ ਆ ਅਤੇ ਸੂਬੇ ਨੂੰ ਕਰਜ਼ਿਆਂ 'ਤੇ ਚਲਾਉਂਦੇ ਆ। 2 ਸਾਲਾਂ 'ਚ ਇਹਨਾਂ 70,000 ਕਰੋੜ ਕਰਜ਼ਾ ਲੈ ਲਿਆ, ਉੱਤੇ 35,000-35,000 ਕਰੋੜ ਸੂਦ, 1,40,000 ਕਰੋੜ ਮੋਰਨ ਨੂੰ ਕਰਤਾ ਕਿੱਥੇ? ਔਰ ਉਹ ਮੋੜਨਾ ਪੰਜਾਬ ਦੇ ਲੋਕਾਂ ਨੇ, 67,000 ਕਰੋੜ ਇਨਡਾਇਰੈਕਟ ਟੈਕਸ ਦਿੰਦੇ ਆ ਕਿੱਥੇ? 60-70,000 ਕਰੋੜ ਪੰਜਾਬ ਕੋ ਹੋਵੇ, 1,40,000 ਸਾਡਾ ਐਂ ਬਣ ਜੇ, 25 ਕਰਜ਼ਾ ਨਹੀਂ। ਸੀਐਮ ਦੇ ਬਰਾਬਰ ਰੈਲੀ ਕਰਦੀ, ਤੁਸੀਂ ਵੱਡਾ ਇਕੱਠ ਵੀ ਕਰ ਲਏ, ਕਿਸ ਤਰ੍ਹਾਂ ਦੇਖਦੇ ਹੋ? ਕਿਉਂਕਿ ਸੀਐਮ ਭਰੋਸਾ ਹੀ ਖੋ ਚੁੱਕਿਆ। ਜਿਹੜੇ ਕਹਿੰਦੇ 54,000 ਕਰੋੜ ਰੁਪਏ ਦੀ ਆਮਦਨ ਦੇਵਾਂ, ਆਵਾਜ਼ ਨਹੀਂ ਆਉਂਦੀ, ਜਵਾਬ ਨਹੀਂ ਦਿੰਦਾ। ਉਦੋਂ ਇਹ ਕਹਿੰਦੇ ਤੁਸੀਂ ਯੋਗਾ ਕਰ, ਉਦੋਂ ਇਹ ਕਹਿੰਦੇ ਸੀ, ਤੁਸੀਂ ਕਹਿੰਦੇ ਇਸ ਲੋਕਾਂ ਦੀ ਸਰਕਾਰ ਲੋਕਾਂ ਦੇ ਦੁਆਰ ਜਾਊ, ਕੰਪਿਊਟਰ ਦੇ ਉੱਤੇ ਥਾਂ ਕਰਦੇ ਨਕਸ਼ੇ ਮਿਲਣਗੇ। ਹੁਣ 2 ਸਾਲਾਂ ਬਾਅਦ ਜਦੋਂ ਲੋਕ ਸਭਾ ਆ ਗਈ, ਹੁਣ ਕਹਿੰਦੇ ਤੁਹਾਡੇ ਘਰੇ ਭੇਜੂ ਬੰਦਾ। ਉਹ ਘਰੇ ਭੇਜੇਗਾ ਕਿੱਥੋਂ? ਡੀਸੀ ਆਫਿਸ ਤਾਂ ਘਰੇ ਬੈਠਾ ਹੈ। ਉਹ ਤਾਂ ਕਹਿੰਦੇ ਸਾਡਾ ਪਲੈਨਿੰਗ ਕਮਿਸ਼ਨ ਦਾ ਉਹਦੇ ਮਾਸਟਰ ਘਰੇ ਬੈਠੇ ਆ, PRTC ਘਰੇ ਬੈਠੀ ਹੈ। ਹਾਂਜੀ, ਜਿਹੜੇ ਇੰਪਲਾਈ ਤੈਨੂੰ ਦੇਖ ਕੇ ਜੈ ਜੈਕਾਰ ਕਰਦੇ ਹੁੰਦੇ ਸੀ, ਤੈਨੂੰ ਗਾਲਾਂ ਕੱਢਦੇ ਮਨ ਮਨ ਪੱਖੀਆਂ, ਸੈਕਰੀਟੇਰੀਅਟ ਦੇ ਉੱਤੇ ਖੜ੍ਹੇ ਹੋ ਕੇ PSPCL ਕੰਗਲੀ ਕਰਤੀ, 17,000 ਕਰੋੜ ਦਾ ਕਰਜ਼ਾ, 27,000 ਕਰੋੜ ਇਹਦਾ ਬੜਾ। ਅਤੇ ਹੁਣ ਕਹਿ, ਅਸੀਂ ਤਾਂ ਕਹਿੰਦਾ ਰੈਲੀ ਨਹੀਂ ਹੋਣ ਦਿਆਂਗੇ, ਅਤੇ ਮੇਰਾ ਫੋਨ ਦੇ ਯਾਰ ਜਰਾ, ਮੇਰਾ ਫੋਨ ਬਣਾਈ, ਨਾ ਨਾ ਲਿਆ ਫੋਨ ਲਿਆ, ਮੈਂ ਤੈਨੂੰ ਦਿਖਾਉਣੀ ਹੈ, ਠਹਿਰ ਜਾ ਇੱਕ ਮਿੰਟ ਮਿੱਤਰਾ ਬੇਟਾ, 1 ਮਿੰਟ ਮੇਰੀ ਗੱਲ ਸੁਣ, ਫੋਨ ਲਿਆ ਮੇਰਾ ਯਾਰ, ਮੈਂ ਦਿਖਾਉਣਾ ਤੁਹਾਨੂੰ ਪੰਜਾਬ ਦੇ ਲੋਕ ਇਹਨਾਂ ਬਾਰੇ ਕੀ ਗੱਲਾਂ ਕਰਦੇ ਆ। ਇਹ ਝੂਠ ਦੀ ਮਾਰਕੀਟਿੰਗ ਕਰਕੇ, ਝੂਠ ਨੂੰ ਵੇਚ ਕੇ, ਝੂਠ ਨੂੰ ਅਖਬਾਰਾਂ 'ਚ ਲਾ ਕੇ ਰੋਜ਼ ਲੋਕਾਂ ਦੇ ਪੈਸਿਆਂ ਦੇ ਨਾਲ 6-6 ਲੱਖ ਪ੍ਰਤੀ ਘੰਟੇ ਵਾਲੇ ਹਵਾਈ ਜਹਾਜ਼ 'ਚ ਜਾ ਕੇ ਜਵਾਬ ਨਹੀਂ ਦਿੰਦੇ ਲੋਕਾਂ ਨੂੰ। ਇਹ ਕਹਿੰਦਾ ਹੁੰਦਾ ਜੀ 2 ਘੰਟੇ ਲੱਗਦੇ ਆ ਪੰਜਾਬ ਇੱਧਰੋਂ ਉੱਧਰ ਜਾਣ ਨੂੰ, ਹੈਲੀਕਾਪਟਰ ਦੀ ਕੀ ਲੋੜ ਹੈ? ਹੁਣ ਤੂੰ 5 ਸਟੇਟ ਗਾਹ 'ਤੇ ਮਿੱਤਰ ਪਿਆਰੇ, ਰੋਜ਼
ਰੋਜ਼ ਤੂੰ ਉੱਥੇ ਜਾ ਕੇ ਤਿੰਨ ਤਿੰਨ ਘੰਟੇ ਸਪੀਚਾਂ ਦਿੰਦਾ ਸੀ, ਖੋਦਿਆ ਪਹਾੜ ਨਿਕਲੀ ਚੂਹੀ, ਅੱਧਾ ਪਰਸੈਂਟ ਵੋਟ ਨਹੀਂ ਪਈ, ਤੈਨੂੰ ਹਾਰ ਗਿਆ ਓਏ, ਜਿਵੇਂ ਤੇਰੀਆਂ ਜਮਾਨਤਾਂ ਜਬ ਤੁਸੀਂ ਹਾਰ ਗਿਆ ਓਏ, ਉਦੋਂ ਕਹਿੰਦਾ ਆਹ ਹਾਰ ਗਿਆ ਉਹ ਹਾਰ ਗਿਆ, ਤੁਸੀਂ ਹਾਰ ਗਏ। 2 ਸਾਲ ਸਰਕਾਰ ਨੂੰ ਹੋਇਆ ਬੜਾ ਵਿਰੋਧ ਵੇਖਣ ਨੂੰ ਮਿਲ ਰਿਹਾ। ਮੈਂ ਕਿਹਾ ਵਿਰੋਧ ਲੱਭਣਾ ਨਹੀਂ ਇਹ, ਸਰਦਾਰ ਬਾਦਲ ਨੂੰ ਇਹੀ ਕਿਹਾ ਕਿ ਨਾਮ ਰਚ ਲਓ ਗੁਰੂਆਂ ਦਾ, ਫਲਸਫਾ ਮਹਾਰਾਜਾ ਰਣਜੀਤ ਸਿੰਘ ਵੇਲੇ ਦਾ ਹੈ ਉਹ ਰਚ ਲਓ। ਭਾਈ ਅੱਜ 18 ਕਰੋੜ ਆਬਾਦੀ ਹੁੰਦੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ, 18 ਤੋਂ 20 ਕਰੋੜ, ਸਮਝੇ ਨਹੀਂ, 9 ਰਾਜ ਬਣ ਗਏ ਉਹਦੇ 'ਚੋਂ, 45% ਮੁਸਲਮਾਨ, 20% ਹਿੰਦੂ, ਹਾਂਜੀ, ਅਤੇ 10-11% ਸਿੱਖ, ਅਤੇ ਸਰਬੱਤ ਦੇ ਭਲੇ ਗੁਰੂ ਦੇ ਫਲਸਫੇ ਦੇ ਉੱਤੇ ਉਹ ਰਾਜ ਇੰਨੇ ਸਾਲ ਚੱਲਿਆ, ਲੋਹੇ 'ਚ ਪਵਾਤੇ, ਲੋਹੇ ਦੇ ਚਣੇ 'ਚ ਪਵਾਤੇ ਵਿਰੋਧੀਆਂ ਨੂੰ, ਗੋਰੇ ਕਦੇ ਸਤਲੁਜ ਨਹੀਂ ਟੱਪੇ, ਹੈਂ ਕਿਉਂ, ਇੱਕ ਬੰਦੇ ਨੂੰ ਫਾਹਾ ਨਹੀਂ ਲੱਗਿਆ, ਗਰੀਬ ਗੁਰਬੇ ਗਾਊ ਗਰੀਬ ਦੀ ਰੱਖਿਆ ਕੀਤੀ, ਹੈਂ ਪੰਡਾਂ ਚੱਕੀਆਂ ਗਰੀਬਾਂ ਦੀਆਂ, ਚਾਹੋ ਅੰਮ੍ਰਿਤਸਰ 'ਚ ਕਿੱਸੇ ਸੁਣੋ, ਹਰੀ ਸਿੰਘ ਨਲਵਾ ਅਫਗਾਨਿਸਤਾਨ 'ਤੇ ਅੱਜ ਤੱਕ ਕਿਸੇ ਨੇ ਕਬਜ਼ਾ ਨਹੀਂ ਕੀਤਾ, ਪੂਰੀ ਵਰਲਡ 'ਚ ਅਮਰੀਕਾ ਵੀ ਰਹਿ ਗਿਆ ਉਹ ਕਰਕੇ ਆ, ਬਾਨੋ ਦਾ ਕਿੱਸਾ ਸੁਣੋ, ਲੋਕ ਕਿਰਦਾਰ ਵਾਲੇ ਸੀ ਇਹ, ਉਹ ਕਹਿੰਦਾ ਤੇਰਾ ਤੇਰਾ, ਇਹ ਕਹਿੰਦਾ ਮੇਰਾ, ਉਹ ਕਹਿੰਦਾ ਸਰਬੱਤ ਦਾ ਭਲਾ, ਇਹ ਕਹਿੰਦਾ ਪਹਿਲਾਂ ਮੇਰੇ ਘਰ ਦਾ ਭਲਾ, ਪੰਜਾਬ ਕਿਵੇਂ ਖੜਾ ਹੋਜੂ? ਰਣਨੀਤੀ ਕੀ ਹੈ 2024 ਦੀ ਇਲੈਕਸ਼ਨ ਨਾਲ? ਕੋਈ ਰਣਨੀਤੀ ਨਹੀਂ, ਇੱਕੋ ਰਣਨੀਤੀ ਹੈ, ਗੁਰੂ ਦੇ ਫਲਸਫੇ ਦਾ ਪ੍ਰਚਾਰ, ਗੁਰੂ ਦਾ ਨੌਕਰ, ਗੁਰੂ ਦਾ ਕੂਕਰ, ਗੁਰੂ ਦਾ ਮਰਜੀਵੜਾ, ਸਮਝਿਆ ਨਹੀਂ, ਸਾਰੇ ਪੰਜਾਬ 'ਚ ਫਿਰੂੰ, ਲੋਕਾਂ 'ਚ ਅਲਖ ਜਗਾਊਂ, ਇਹਨਾਂ ਮੁਖੌਟੇਬਾਜ਼ ਲੋਕਾਂ ਦਾ ਰਾਜ ਫਾਸ਼ ਕਰੂੰ। ਆਹ ਹੁਣ ਜਿਹੜਾ ਦੇਖਿਓ, ਜਿਹੜਾ ਆਹ ਦੇਖੋ VIP ਕਲਚਰ ਅਸੀਂ ਬੰਦ ਕਰ ਦਿਆਂਗੇ, ਕੀ ਕਰਦੇ ਜੀ, VIP ਕਲਚਰ ਬੰਦ ਕਰ ਦਿਆਂਗੇ, ਲਓ ਦੇਖੋ ਤੁਹਾਨੂੰ ਕਹਿੰਦਾ ਦਿਖਾਉਣਾ ਮੈਂ, VIP ਕਲਚਰ ਬੰਦ, ਮੈਂ ਹੁਣ ਦਿਖਾਉਣਾ ਤੁਹਾਨੂੰ, ਲਓ ਜੀ ਆਹ ਦੇਖੋ, ਹੁਣ ਇਹਨੂੰ ਨੋਟ ਕਰਿਓ ਇਹ ਕੀ ਕੀ ਚੱਲ ਰਿਹਾ, ਇਹ ਪਤਾ ਨਹੀਂ ਮਾਤਾ ਜੀ ਨੇ, ਪਤਾ ਨਹੀਂ ਸਾਡੀ ਭਰਜਾਈ ਹੈ ਮਾਂ ਵਰਗੀ, ਠੀਕ ਹੈ ਨਹੀਂ, ਇਹ ਦੇਖਿਓ ਜਿਹੜਾ, ਇਹ ਦੇਖੋ ਜਿਹੜਾ ਜਿਹੜਾ ਇੱਕ ਮਿੰਟ ਦੇਖੋ, ਇਹ ਕਿਸੇ ਆਮ ਬੰਦੇ ਨੇ ਬਣਾਈ, ਦੇਖੋ ਜੀ ਇੱਕ ਮਿੰਟ ਦੇਖ 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 ਆਹ ਦੇਖ, ਇਹ ਕੀ ਕਹਿੰਦੇ ਸੀ, ਕਹਿੰਦੇ 2 ਯਾਰ ਦੱਬਣ ਨੂੰ ਕੋਈ ਰਾਲੀ ਨਹੀਂ, 4 ਬੰਦੇ ਚਾਹੀਦੇ, 1200 ਨੇ ਸਕੂਲ 'ਚ ਛੁੱਟੀ ਹੋ ਜਾਂਦੀ, ਸੁਣ ਮੁਰਖੀ ਖੋਲ, ਹੁਣ 80% ਨੋਟਾਂ ਤੋਂ ਘੱਟ ਵੋਟਾਂ ਨੇ, ਤੁਸੀਂ ਲੋਕ ਸਭਾ 'ਚ ਇੱਕ ਬੰਦਾ ਤੁਹਾਡਾ ਉਹ ਮਾਨ ਸਾਹਿਬ ਹਰ ਗਿਆ ਓਏ, ਇੱਕ ਬੰਦਾ ਤੁਹਾਡਾ ਲੋਕ ਸਭਾ 'ਚ, ਗੱਲਾਂ ਦੇ ਕੜਾ ਨਾ ਵਰਤਾ, ਠੋਕਤੇ ਹਿੰਦੁਸਤਾਨ ਵਾਲਿਆਂ ਨੇ, ਹੁਣ ਪੰਜਾਬ ਠੋਕੂ।